ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਪੰਜਾਬ ਚ ਹੁਣੇ-ਹੁਣੇ ਇੱਥੇ ਪਈ ਇਹ ਵਿਪਤਾ ਆਈ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਤੇ ਨਾਲ ਹੀ ਨਾਲ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੈ ਤੁਸੀਂ ਇੱਥੋਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਸਮਾ ਬਦਲੇ ਨਾਲ ਨਾਲ ਮੌਸਮ ਦੇ ਵਿੱਚ ਵੀ ਤਬਦੀਲੀ ਆ ਰਹੀ ਹੈ ਸਰਦੀਆਂ ਤੇ ਜਿੱਥੇ ਮੌਸਮ ਨੇ ਪਹਿਲਾਂ ਗਰਮੀਆਂ ਦਾ ਰੁਕ ਕਰ ਲਿਆ ਸੀ ਪਰ ਹੁਣ ਆ ਰਹੇ ਬੇਮੌਸਮੀ ਬਾਰਿਸ਼ ਦੇ ਕਾਰਨ ਉੱਤਰੀ ਭਾਰਤ ਦੇ ਵਿੱਚ ਹਾਲਾਤ ਫਿਰ ਤੋਂ ਠੰਡੇ ਹੋ ਗਏ ਨੇ ਇਸ ਦੇ ਨਾਲ ਪਹਾੜੀ ਖੇਤਰਾ ਵਿੱਚ ਬਰਬਾਰੀ ਹੋ ਰਹੀ ਹੈ ਜਿਸ ਦਾ ਅਸਰ ਉੱਤਰੀ ਭਾਰਤ ਦੇ ਮੈਦਾਨੀ ਖੇਤਰਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਬੀਤੇ 2 ਦਿਨਾਂ ਦੌਰਾਨ ਪੰਜਾਬ ਦੇ ਮੌਸਮੀ ਹਾਲਾਤ ਕਾਫੀ ਗਹਿਰੇ ਹਨ ਜਿਸ ਦੌਰਾਨ ਵਕ ਵਕ ਥਾਂਵਾਂ ਉੱਪਰ ਹਲਕੀ ਦਰਮਿਆਨੀ بارش ਦੇ ਨਾਲ ਤੇਜ਼ ਹਨੇਰੀ ਵੀ ਤੇ ਝੱਖੜ ਵੀ ਝੁਲਿਆ ਹੋਇਆ ਹੈ ਇਸ ਮੀਂਹ ਦੇ ਕਾਰਨ ਹੀ ਪੰਜਾਬ ਦੇ ਵਿੱਚ ਇੱਕ ਜਿਹੀ ਘਟਨਾ ਵਾਪਰੀ ਜਿਸ ਦੇ ਕਾਰਨ ਕਈ ਕਿਲੇ ਫਸਲ ਤਬਾਹ ਹੋਣ ਕੱਡੇ ਪਹੁੰਚ ਗਈ ਮਿਲ ਰਹੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋਨ ਦੇ ਨੇੜੇ ਪਿੰਡ ਪਿੰਡ ਰਾਮਾ ਵਿੱਚ ਬੀਤੀ ਦੇਰ ਰਾਤ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਇਸ ਨੁਕਸਾਨ ਦੇ ਕਾਰਨ ਦੇਸ਼ ਰਾਤ ਆਈ ਹੋਈ ਝੱਖੜ ਅਤੇ ਮੀਂਹ ਦਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਇਸ ਪਿੰਡ ਦੇ ਵਿੱਚੋਂ ਲੰਘਦੇ ਹੋਏ ਸੂਏ ਦਾ ਬੰਨ ਟੁੱਟ ਗਿਆ ਸੀ ਇਸ ਬੰਨ ਦੇ ਟੁੱਟਣ ਤੋਂ ਬਾਅਦ ਵੱਡੀ ਮਾਤਰਾ ਵਿੱਚ ਪਾਣੀ ਨਜ਼ਦੀਕ ਖੇਤਾਂ ਵਿੱਚ ਆ ਗਿਆ ਬੰਨ ਟੁੱਟਣ ਤੋਂ ਬਾਅਦ ਖੇਤਾਂ ਵਿੱਚ ਫੈਲੇ ਹੋਏ ਪਾਣੀ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਕਿਸਾਨਾਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਕਿ ਸਵੇਰੇ 3 ਵਜੇ ਤੋਂ ਸੂਆ ਰੁੱਟਿਆ ਹੋਇਆ ਸੀ ਪਰ ਸਬੰਧਿਤ ਕੋਈ ਵੀ ਅਧਿਕਾਰੀ ਖਬਰਸਾਰ ਲੈਣ ਨਹੀਂ ਆਇਆ ਕਿਸਾਨਾਂ ਨੇ ਆਖਿਆ ਕਿ ਇੱਕ ਅਫਸਰ ਆਇਆ ਸੀ ਪਰ ਉਸ ਨੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਕਿਸਾਨਾਂ ਦੇ ਦੱਸਣ ਮੁਤਾਬਿਕ ਇਸ ਸੂਏ ਦੇ ਨਾਲ 10 ਕਿਲੋ ਤੋਂ ਉੱਪਰ ਜ਼ਿਆਦਾ ਕਣਕ ਤਬਾਹ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਸੂਆ ਇੱਕ ਰੀ ਲਾਈਨਰੀ ਦਾ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਸੂਏ ਦੇ ਉਦੋਂ ਤੱਕ ਬੰਦ ਨਹੀਂ ਕਰਨਗੇ ਜੋ ਤੱਕ ਉਹਨਾਂ ਨੂੰ ਮਾਜਵਾ ਨਹੀਂ ਮਿਲ ਜਾਂਦਾ इस दौरान किसानों ने प्रशासन खिलाफ नारेबाजी करते हुए ट्रैक्टर टाली ला के सड़क जाम करना धरना शुरू कर दिया है खबर अंत तक देखने थोड़ा बहुत बहुत धन्यवाद